ਕੀ ਅੰਮ੍ਰਿਤਪਾਲ ਦੀ ਫਿਰ ਮਤਲਬ ਕੀ ਕਹਿਣ ਦਾ ਮਤਲਬ ਤੁਹਾਡਾ ਇਹ ਹੈ ਵੀ ਜਲਦ ਜਿਹੜਾ ਕਿ ਜੇਲੋਂ ਬਾਹਰ ਆ ਸਕਦੇ ਨੇ? ਬਿਲਕੁਲ ਆ ਸਕਦੇ ਆ ਜੀ, ਬਿਲਕੁਲ ਆ ਸਕਦੇ ਆ। ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਜਿਹੜਾ ਹੈਗਾ ਰਿਲੀਜ਼ ਕਰ ਦਿੱਤਾ ਜਾਊ। ਇਹ ਇਹਨਾਂ ਦੇ ਲਈ ਉਹਨਾਂ ਦੀ ਹੁਣ ਬਣਦਾ ਹੈਗਾ ਕਿ ਕੰਸਟੀਟਿਊਸ਼ਨ ਦੇ ਮੁਤਾਬਕ ਉਹਨਾਂ ਨੂੰ ਰਿਲੀਜ਼ ਕਰਨਗੇ। ਹੁਣ ਸਭ ਤੋਂ ਵੱਧ ਗੰਭੀਰ ਹੈ ਮੰਨਿਆ ਜਾਂਦਾ ਹੈ ਮੁੱਦਾ ਕਿ ਭਾਈ ਅੰਮ੍ਰਿਤਪਾਲ ਜਿਹੜੇ ਕਿ ਹੁਣ 9 ਜੂਨ ਨੂੰ ਸਹੁੰ ਚੁੱਕ ਸਮਾਗਮ ਆ, ਕੀ ਲੱਗਦਾ ਹੈ ਕਿ ਤੁਸੀਂ ਇੱਕ ਵਕੀਲ ਦੇ ਤੌਰ ਤੇ ਦੱਸੋ ਕਿ ਭਾਈ ਅੰਮ੍ਰਿਤਪਾਲ ਜਿਹੜੇ ਕਿ ਜੇਲੋਂ ਬਾਹਰ ਆਉਣਗੇ? ਉਹ ਤਾਂ ਐਜ਼ ਪਰ ਕੰਸਟੀਟਿਊਸ਼ਨ ਜਿਹੜਾ ਹੈਗਾ ਉਹਨਾਂ ਦਾ ਰਾਈਟ ਬਣਦਾ ਹੈਗਾ ਕਿ ਇਹਨਾਂ ਦੀ ਜਿਹੜੀ ਰਿਲੀਜ਼ ਹੈਗਾ ਉਹ ਦੋ ਗੱਲਾਂ ਤੇ ਡਿਪੈਂਡ ਕਰਦੀ ਹੈਗੀ ਹੈ, ਇੱਕ ਭਗਵੰਤ ਮਾਨ ਸਾਹਿਬ ਦੇ ਉੱਤੇ ਔਰ ਇੱਕ ਜਿਹੜਾ ਹੈਗਾ ਗ੍ਰਹਿ ਮੰਤਰਾਲਿਆ ਦੇ ਉੱਤੇ। ਭਗਵੰਤ ਮਾਨ ਤੇ ਜਥੇਬੰਦੀਆਂ ਵੀ ਦਬਾਅ ਪਾ ਰਹੀਆਂ ਨੇ ਕਿ NSA ਵਾਪਸ ਲਿਆ ਜਾਵੇ, ਕੀ ਲੱਗਦਾ ਕਿ ਭਗਵੰਤ ਮਾਨ ਇਹ ਸਹਿਮਤੀ ਨੂੰ ਮੰਨਣਗੇ? ਔਰ ਕੰਸਟੀਟਿਊਸ਼ਨ ਦੇ ਮੁਤਾਬਕ ਜਿਹੜੇ ਸਾਡੇ ਰਾਈਟਸ ਐਂਡ ਡਿਊਟੀਆਂ ਜਿਹੜੀਆਂ ਹੈਗੀਆਂ ਲਾਅ ਦੇ ਵਿੱਚ ਪ੍ਰੋਵਾਈਡ ਹੁੰਦੀਆਂ ਹੈਗੀਆਂ, ਕੰਸਟੀਟਿਊਸ਼ਨ ਦੇ ਮੁਤਾਬਕ ਸਾਨੂੰ ਮਿਲਦੀਆਂ ਹੈਗੀਆਂ, ਉਹ ਜਿਹੜੀਆਂ ਹੈਗੀਆਂ ਕੋਈ ਭਗਵੰਤ ਮਾਨ ਸਾਹਿਬ ਨੇ ਆਪਣੇ ਘਰ ਤੋਂ ਕੁਛ ਨਹੀਂ ਦੇਣਾ ਹੈਗਾ, ਉਹਨਾਂ ਨੇ ਐਜ਼ ਪਰ ਲਾਅ ਦੇਣਾ ਹੈਗਾ। ਜਾਂ ਤਾਂ ਉਹ ਇਸ ਦਾ ਕੋਈ ਨਾ ਕੋਈ ਦੱਸਣਗੇ ਕਿ ਇਹ ਕਿਉਂ ਨਹੀਂ ਇਹ ਜਿਹੜਾ ਹੈਗਾ ਉਹਨਾਂ ਨੂੰ ਰਿਲੀਜ਼ ਕਰ ਰਹੇ। ਦੂਜੀ ਗੱਲ ਇਹ ਹੈਗੀ ਹੈ ਕਿ ਉਹ ਰਿਲੀਜ਼ ਕਰਨਗੇ ਕਿ ਜਿਵੇਂ ਅੰਮ੍ਰਿਤਪਾਲ ਦੇ ਉੱਤੇ ਪਹਿਲਾਂ NSA ਲੱਗਿਆ ਹੋਇਆ ਸੀ, ਹੁਣ ਦੂਜੀ ਵਾਰ ਲਗਾ ਦਿੱਤਾ, ਫਿਰ ਇਹ NSA ਖਤਮ ਹੋ ਜਾਏਗਾ? ਬਿਲਕੁਲ ਹੋ ਜਾਏਗਾ ਜੀ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ। ਮੇਰਾ ਪਹਿਲਾ ਸਵਾਲ ਤੁਹਾਨੂੰ ਅੰਮ੍ਰਿਤਪਾਲ ਨੂੰ ਲੈ ਕੇ ਕਿ ਅੱਜ ਸਿਆਸੀ ਮੁੱਦੇ ਦੇ ਵਿੱਚ ਭਾਈ ਅੰਮ੍ਰਿਤਪਾਲ ਜਿਹੜੇ ਕਿ ਸੰਸਦ ਦੇ ਮੈਂਬਰ ਚੁਣੇ ਗਏ ਨੇ, ਤੇ ਹੁਣ ਸਭ ਤੋਂ ਵੱਧ ਗੰਭੀਰ ਹੈ ਮੰਨਿਆ ਜਾਂਦਾ ਹੈ ਮੁੱਦਾ ਕਿ ਭਾਈ ਅੰਮ੍ਰਿਤਪਾਲ ਜਿਹੜੇ ਕਿ ਹੁਣ 9 ਜੂਨ ਨੂੰ ਸਹੁੰ ਚੁੱਕ ਸਮਾਗਮ ਆ, ਕੀ ਲੱਗਦਾ ਹੈ ਕਿ ਤੁਸੀਂ ਇੱਕ ਵਕੀਲ ਦੇ ਤੌਰ ਤੇ ਦੱਸੋ ਕਿ ਭਾਈ ਅੰਮ੍ਰਿਤਪਾਲ ਜਿਹੜੇ ਕਿ ਜੇਲੋਂ ਬਾਹਰ ਆਉਣਗੇ? ਦੇਖੋ ਜਿੱਥੋਂ ਤੱਕ ਤਾਂ ਉਹਨਾਂ ਦਾ ਸਹੁੰ ਚੁੱਕਣ ਦੀ ਗੱਲ ਹੈਗੀ ਹੈ, ਉਹ ਤਾਂ ਐਜ਼ ਪਰ ਕੰਸਟੀਟਿਊਸ਼ਨ ਜਿਹੜਾ ਹੈਗਾ ਉਹਨਾਂ ਦਾ ਰਾਈਟ ਬਣਦਾ ਹੈਗਾ ਔਰ ਉਹਨਾਂ ਨੂੰ ਉਹ ਸਹੁੰ ਚੁਕਾਉਣਗੇ ਹੀ ਚੁਕਾਉਣਗੇ। ਆਪਾਂ ਜੇ ਇਹਦੀ ਪਿੱਛੇ ਜਾਈਏ ਨਾ, ਤੁਹਾਨੂੰ ਯਾਦ ਹੋਊਗਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਉਸ ਟਾਈਮ ਇਸ ਤਰ੍ਹਾਂ ਹੀ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜੇ ਸੀ ਔਰ ਇਲੈਕਸ਼ਨ ਲੜਨ ਤੋਂ ਬਾਅਦ ਉਹਨਾਂ ਨੂੰ ਬਕਾਇਦਾ ਜਿਹੜੀ ਹੈਗੀ ਹੈ ਸਹੁੰ ਚੁਕਾਈ ਗਈ ਸੀ। ਸਹੁੰ ਚੁਕਾਉਣ ਤੋਂ ਬਾਅਦ ਉਹ ਬਕਾਇਦਾ ਜਿਹੜਾ ਹੈਗਾ ਪਾਰਲੀਮੈਂਟ ਦੇ ਵਿੱਚ ਮੈਂਬਰ ਵੀ ਰਹੇ, ਉਹਨਾਂ ਦੇ ਬਾਕੀ ਨਾਲ ਵਾਲੇ ਬੰਦੇ ਵੀ ਜਿਹੜੇ ਸਾਰੇ ਦੇ ਸਾਰੇ ਪਾਰਲੀਮੈਂਟ ਦੇ ਵਿੱਚ ਮੈਂਬਰ ਰਹੇ। ਪਰ ਇਹਨਾਂ ਵਾਲੇ ਮਸਲੇ ਦੇ ਵਿੱਚ ਅੱਜ ਬਹੁਤ ਸਾਰੇ ਅਖਬਾਰਾਂ ਨੇ ਜਾਂ TV ਚੈਨਲਸ ਨੇ ਬੜਾ ਕਲੀਅਰ ਕਰਤਾ ਕਿ ਇਹਨਾਂ ਦੀ ਜਿਹੜੀ ਰਿਲੀਜ਼ ਹੈਗਾ ਉਹ ਦੋ ਗੱਲਾਂ ਤੇ ਡਿਪੈਂਡ ਕਰਦੀ ਹੈਗੀ ਹੈ, ਇੱਕ ਭਗਵੰਤ ਮਾਨ ਸਾਹਿਬ ਦੇ ਉੱਤੇ ਔਰ ਇੱਕ ਜਿਹੜਾ ਹੈਗਾ ਗ੍ਰਹਿ ਮੰਤਰਾਲਿਆ ਦੇ ਉੱਤੇ। ਹੁਣ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਪਿਛਲੇ ਦਿਨਾਂ ਦੇ ਵਿੱਚ ਕਹਿੰਦਾ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ BJP ਦੀ ਹੀ ਇੱਕ ਲਾਈਨ ਦੇ ਉੱਤੇ ਚੱਲ ਰਹੀ ਹੈਗੀ ਹੈ, ਜਿਵੇਂ ਅਮਿਤ ਸ਼ਾਹ ਜੀ ਕਹਿੰਦੇ ਹੈਗੇ ਆ ਉਸੇ ਤਰ੍ਹਾਂ ਭਗਵੰਤ ਮਾਨ ਜੀ ਕੰਮ ਕਰਦੇ ਹੈਗੇ ਆ। ਹੁਣ ਇਹਦੇ ਵਿੱਚ ਦੋ ਚੀਜ਼ਾਂ ਦੀ ਲੋੜ ਹੈਗੀ ਹੈ। ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਣੀ ਚਾਹੁੰਦਾ ਹੈ ਕਿ ਉਹਨਾਂ ਦੇ ਉੱਤੇ ਕੋਈ ਐਸਾ ਜਿਹੜਾ ਹੈਗਾ ਕੇਸ ਨਹੀਂ। NSA ਦਾ ਮਤਲਬ ਹੁੰਦਾ ਨੈਸ਼ਨਲ ਸਿਕਿਉਰਿਟੀ ਨੂੰ ਖਤਰੇ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਅੰਦਰ ਬੰਦ ਕੀਤਾ ਵਾ। ਔਰ ਮੈਨੂੰ ਲੱਗਦਾ ਇਹ ਹੈਗਾ ਕਿ ਇਹਦੇ ਵਾਸਤੇ ਸਟੇਟ ਦੀ ਵੀ ਉਹ ਹੈਗੀ ਹੈ ਸਹਿਮਤੀ ਚਾਹੀਦੀ ਹੈਗੀ ਔਰ ਸੈਂਟਰ ਦੀ ਵੀ ਸਹਿਮਤੀ ਚਾਹੀਦੀ ਹੈਗੀ ਹੈ। ਜਦੋਂ ਦੋਵੇਂ ਸਹਿਮਤੀ ਦੇ ਦੇਣਗੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਜਿਹੜਾ ਹੈਗਾ ਰਿਲੀਜ਼ ਕਰ ਦਿੱਤਾ ਜਾਊਗਾ। ਇਹਦੇ ਵਿੱਚ ਨੈਸ਼ਨਲ ਸਿਕਿਉਰਿਟੀ ਦੇ ਵਿੱਚ ਇਹ ਹੁੰਦਾ ਹੈਗਾ ਕਿ 3-3 ਮਹੀਨੇ ਬਾਅਦ ਇਹ ਜਿਹੜਾ ਹੈਗਾ ਉਹਨੂੰ ਐਕਸਟੈਂਡ ਕਰਦੇ ਜਾਂਦੇ ਹੈਗੇ ਆ। ਹੁਣ ਉਹਨਾਂ ਦੇ 3 ਮਹੀਨੇ ਤਕਰੀਬਨ ਖਤਮ ਹੋਣ ਵਾਲੇ ਹੈਗੇ ਆ ਔਰ ਇਸ ਜਿਹੜਾ ਹੈਗਾ ਸਟੇਟ ਨੂੰ ਜਾਂ ਸੈਂਟਰ ਨੂੰ ਇਹਨਾਂ ਨੂੰ ਛੱਡਣਾ ਹੀ ਪਊਗਾ ਕਿਉਂਕਿ ਲੋਕਾਂ ਦੇ ਨੁਮਾਇੰਦੇ ਹੈਗੇ ਆ
ਔਰ ਬਹੁਤ ਵੱਡੀ ਲੀਡ ਦੇ ਉੱਤੇ ਜਿੱਤੇ ਹੋਏ ਹੈਗੇ ਆ। ਇਹ ਇਹਨਾਂ ਦੇ ਲਈ ਉਹਨਾਂ ਦੀ ਹੁਣ ਬਣਦਾ ਹੈਗਾ ਕਿ ਕੰਸਟੀਟਿਊਸ਼ਨ ਦੇ ਮੁਤਾਬਕ ਉਹਨਾਂ ਨੂੰ ਰਿਲੀਜ਼ ਕਰਨਗੇ। ਜੀ ਤੁਸੀਂ ਸਹਿਮਤੀ ਦੀ ਗੱਲ ਕਰੀ ਹੈ ਕਿ ਦੋਵੇਂ ਸਰਕਾਰਾਂ ਦੀ ਸਹਿਮਤੀ ਹੋਣੀ ਜ਼ਰੂਰੀ ਆ। ਭਗਵੰਤ ਮਾਨ ਤੇ ਜਥੇਬੰਦੀਆਂ ਵੀ ਦਬਾਅ ਪਾ ਰਹੀਆਂ ਨੇ ਕਿ NSA ਵਾਪਸ ਲਿਆ ਜਾਵੇ, ਕੀ ਲੱਗਦਾ ਕਿ ਭਗਵੰਤ ਮਾਨ ਇਹ ਸਹਿਮਤੀ ਨੂੰ ਮੰਨਣਗੇ? ਦੇਖੋ ਭਗਵੰਤ ਮਾਨ ਕੋਈ ਉੱਪਰ ਤੋਂ ਤਾਂ ਆਏ ਵੀ ਹੈ ਨਹੀਂ, ਕੰਸਟੀਟਿਊਸ਼ਨ ਦੇ ਮੁਤਾਬਕ ਚੱਲਣਾ ਹੈਗਾ। ਜੇ ਆਪਣਾ ਇੱਕ ਮੁੱਖ ਮੰਤਰੀ ਬਣਦਾ ਹੈਗਾ ਉਹ ਵੀ ਕੰਸਟੀਟਿਊਸ਼ਨ ਦੇ ਮੁਤਾਬਕ ਬਣਦਾ ਹੈਗਾ, ਔਰ ਕੰਸਟੀਟਿਊਸ਼ਨ ਦੇ ਮੁਤਾਬਕ ਜਿਹੜੇ ਸਾਡੇ ਰਾਈਟਸ ਐਂਡ ਡਿਊਟੀਜ਼ ਜਿਹੜੀਆਂ ਹੈਗੀਆਂ ਲਾਅ ਦੇ ਵਿੱਚ ਪ੍ਰੋਵਾਈਡ ਹੁੰਦੀਆਂ ਹੈਗੀਆਂ, ਕੰਸਟੀਟਿਊਸ਼ਨ ਦੇ ਮੁਤਾਬਕ ਸਾਨੂੰ ਮਿਲਦੀਆਂ ਹੈਗੀਆਂ, ਉਹ ਜਿਹੜੀਆਂ ਹੈਗੀਆਂ ਕੋਈ ਭਗਵੰਤ ਮਾਨ ਸਾਹਿਬ ਨੇ ਆਪਣੇ ਘਰ ਤੋਂ ਕੁਛ ਨਹੀਂ ਦੇਣਾ ਹੈਗਾ, ਉਹਨਾਂ ਨੇ ਐਜ਼ ਪਰ ਲਾਅ ਦੇਣਾ ਹੈਗਾ। ਜਾਂ ਤਾਂ ਉਹ ਇਸ ਦਾ ਕੋਈ ਨਾ ਕੋਈ ਦੱਸਣਗੇ ਕਿ ਇਹ ਕਿਉਂ ਨਹੀਂ ਇਹ ਜਿਹੜਾ ਹੈਗਾ ਉਹਨਾਂ ਨੂੰ ਰਿਲੀਜ਼ ਕਰ ਰਹੇ। ਦੂਜੀ ਗੱਲ ਇਹ ਹੈਗੀ ਹੈ ਕਿ ਉਹ ਰਿਲੀਜ਼ ਕਰਨਗੇ, ਔਰ ਜਥੇਬੰਦੀਆਂ ਦੀ ਗੱਲ ਨਾ ਤੁਸੀਂ ਕਰੋ, ਇੱਕ ਕੰਸਟੀਟਿਊਸ਼ਨ ਕੰਸਟੀਚੁਐਂਸੀ ਹੈਗੀ ਹੈ ਜਿਹੜੀ ਜਿਹਦੇ ਵਿੱਚ 9 ਜਿਹੜੀਆਂ ਹੈਗੀਆਂ ਵਿਧਾਨ ਸਭਾ ਹਲਕੇ ਹੈਗੇ ਆ, ਉਹ 9 ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕਰ ਰਹੇ ਆ ਅੱਜ, ਔਰ ਆਲਮੋਸਟ ਮੇਰਾ ਖਿਆਲ ਆ 15-16 ਲੱਖ ਵੋਟਰਾਂ ਦੀ ਜਿਹੜੀ ਹੈਗੀ ਨੁਮਾਇੰਦਗੀ ਕਰ ਰਹੇ ਆ। ਸੋ ਭਗਵੰਤ ਮਾਨ ਸਾਹਿਬ ਨੇ ਕੋਈ ਆਪਣੀ ਜੇਬ ਦੇ ਵਿੱਚੋਂ ਕਿਸੇ ਨੂੰ ਕੁਛ ਨਹੀਂ ਦੇਣਾ ਹੈਗਾ, ਉਹਨਾਂ ਨੇ ਐਜ਼ ਪਰ ਲਾਅ ਜਿਹੜਾ ਹੈਗਾ ਉਹਨਾਂ ਦਾ ਬਣਦਾ ਹੱਕ ਹੈਗਾ ਉਹ ਦੇਣਾ ਹੈਗਾ। ਜੀ ਮੈਂ ਵਕੀਲ ਦੇ ਤੌਰ ਤੇ ਤੁਹਾਨੂੰ ਇੱਕ ਸਵਾਲ ਵੀ ਪੁੱਛਣਾ ਚਾਹੁੰਦੀ ਹਾਂ ਕਿ ਜਿਵੇਂ ਅੰਮ੍ਰਿਤਪਾਲ ਦੇ ਉੱਤੇ ਪਹਿਲਾਂ NSA ਲੱਗਿਆ ਹੋਇਆ ਸੀ, ਹੁਣ ਦੂਜੀ ਵਾਰ ਲਗਾ ਦਿੱਤਾ, ਫਿਰ ਇਹ NSA ਖਤਮ ਹੋ ਜਾਏਗਾ? ਬਿਲਕੁਲ ਹੋ ਜਾਏਗਾ ਜੀ, ਪਹਿਲਾਂ ਵੀ ਮੈਂ ਤੁਹਾਨੂੰ ਦੱਸੀ ਜਾਂਦਾ ਨਾ, ਮੈਂ ਤੁਹਾਨੂੰ ਇਸੇ ਕਰਕੇ ਐਗਜ਼ਾਮਪਲ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਉੱਤੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉੱਤੇ, ਔਰ ਕਿੰਨੇ ਹੀ ਐਸੇ ਪੋਲੀਟੀਕਲ ਲੀਡਰ ਹੈ ਜਿਨ੍ਹਾਂ ਨੂੰ NSA ਦੇ ਵਿੱਚ ਜਿਹੜਾ ਹੈਗਾ 1984 ਤੋਂ ਬਾਅਦ ਜਿਹੜਾ ਹੈਗਾ ਅੰਦਰ ਬੰਦ ਕਰਕੇ ਰੱਖਿਆ ਗਿਆ। ਕੀ ਅੰਮ੍ਰਿਤਪਾਲ ਦੇ ਫਿਰ ਮਤਲਬ ਕੀ ਕਹਿਣ ਦਾ ਮਤਲਬ ਤੁਹਾਡਾ ਇਹ ਹੈ ਵੀ ਜਲਦ ਜਿਹੜਾ ਕਿ ਜੇਲੋ ਬਾਹਰ ਆ ਸਕਦੇ ਨੇ? ਬਿਲਕੁਲ ਆ ਸਕਦੇ ਆ ਜੀ, ਬਿਲਕੁਲ ਆ ਸਕਦੇ ਆ। ਮੈਂ ਕਹੀ ਜਾਣਾ ਅੰਮ੍ਰਿਤਪਾਲ ਹੁਣ ਹੀ ਇਜ਼ ਨਾਟ ਅ ਨਾਰਮਲ ਮੈਨ, ਹੁਣ ਅੱਜ ਉਹ ਮੈਂਬਰ ਪਾਰਲੀਮੈਂਟ ਹੈਗੇ ਆ ਔਰ ਉਹ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਐਜ਼ ਪਰ ਕੰਸਟੀਟਿਊਸ਼ਨ ਨੁਮਾਇੰਦਗੀ ਕਰਦੇ ਹੈਗੇ ਆ। ਉਹਨਾਂ ਨੇ ਕੰਸਟੀਟਿਊਸ਼ਨ ਦੀ ਸਹੁੰ ਚੁੱਕਣੀ ਹੈਗੀ ਆ, ਸਹੁੰ ਚੁੱਕਣ ਤੋਂ ਬਾਅਦ ਉਹਨਾਂ ਦਾ ਜੋ ਰਾਈਟ ਬਣਦਾ ਹੈਗਾ ਉਹ ਇਹਨਾਂ ਨੂੰ ਕਰਨਾ ਹੀ ਪਏਗਾ। ਜੀ ਸੋ ਧੰਨਵਾਦ ਕਰਦੇ ਹਾਂ, ਤੁਸੀਂ ਸਾਨੂੰ ਆਪਣੇ ਕੀਮਤੀ ਸਮਾਂ ਦਿੱਤਾ। ਥੈਂਕ ਯੂ, ਥੈਂਕ ਯੂ।